ਕੁਦਰਤੀ ਤੌਰ ਤੇ ਨਹੀਂ ਪਤਾ ਹੁੰਦਾ ਕਈ ਵਾਰੀ ਕੁਝ ਇਹੋ ਜਿਹਾ ਹੋ ਜਾਏ ਮੈਂ ਤੁਹਾਨੂੰ ਕਹ ਰਿਹਾ ਹਾਂ ਜੀ ਤੁਹਾਡੇ ਤੋਂ ਲਾਗ ਗਿਆ ਨਾ ਲਿਆਓ ਜੀ ਠੀਕ ਹੈ ਇਹ ਤਾਂ ਹੈ ਨਹੀਂ ਕਿ ਸਾਨੂੰ ਫਾਈਲ ਦੀ ਲੋੜ ਆ ਤੁਹਾਨੂੰ ਵੀ ਪਤਾ ਫਾਈਲ ਦੀ ਤਾਂ ਲੋੜ ਯੂਐਲਓ ਐਜੂਕੇਸ਼ਨ ਨੂੰ ਹੈਣੀ ਸਾਨੂੰ ਤਾਂ ਜ਼ਿੰਦਗੀਆਂ ਬਣਾਉਣ ਦੀ ਲੋੜ ਆ ਠੀਕ ਹੈ ਤੇ ਅਸੀਂ ਇੱਥੇ ਐਪਲੀਕੇਸ਼ਨ ਮੈਂ ਕਹਿੰਦਾ ਕਿ ਜੇ ਤੁਹਾਡਾ ਮਨ ਮੈਂ ਅੱਜ ਵੀ ਤੁਹਾਨੂੰ ਕਹੂੰਗਾ ਕਿ ਇੱਥੇ ਅਸੀਂ ਐਪਲੀਕੇਸ਼ਨ এনਰੋਲਮੈਂਟ 카운ਟਰ ਖੋਲਣਾ ਜ਼ਰੂਰ ਆ ਸਾਡਾ ਬਿਜ਼ਨਸ ਵੀ ਹੈ ਪਰ ਮੈਂ ਕਹੂੰਗਾ ਕੋਈ ਵੀ ਫਾਈਲ ਇੱਥੋਂ ਲਵਾ ਕੇ ਨਾ ਜਾਇਓ ਅੱਜ ਜੋ ਗੱਲ ਮੈਂ ਕਹੀ ਇਹਨੂੰ ਸੋਚੋ ਆਪਦੇ ਪਰਿਵਾਰ ਚ 10 ਬ ਕੋਈ ਵੀ ਏਜੰਟ ਜੋ ਕੋਲ ਲਿਆਓ ਜੀ ਲਿਆਓ ਡਾਕੂਮੈਂਟ ਲਓ ਲੱਗ ਜਾਣਾ ਬਸ 100% ਆਉਣ ਦੋ ਬਸ ਆਉਣ ਦੋ ਚੱਕ ਲੋ ਧਰ ਲੋ ਇਹ ਕੰਮ ਨਹੀਂ ਅਸੀਂ ਕਰਦੇ ਕਿਉਂਕਿ ਸਾਨੂੰ ਵੀ ਪਤਾ ਅਸੀਂ ਵੀ ਜ਼ਿੰਦਗੀ ਚ ਗਰੋਅ ਕਰਦੇ ਆ ਮੈਂ ਆਪਦੇ ਪਿਓ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਦਾ ਅੱਜ ਵੀ ਇੱਥੇ ਆਇਆ ਮੈਂ ਘਟੋ ਘਟ 10 ਵਾਰੀ ਆਉਦੇ ਬਾਪੂ ਨੂੰ ਰਾਤ ਨੂੰ ਫੋਨ ਕਰ ਚੁੱਕਾ ਠੀਕ ਹੈ ਮੈਂ ਇਹ ਕਹੂੰਗਾ ਕਿ ਅੱਜ ਫੈਸਲਾ ਨਾ ਲਿਓ ਤੁਹਾਡਾ ਮਾਨ ਆ ਤੁਸੀਂ ਸਾਨੂੰ ਜਾਣਦੇ ਆ ਤੁਸੀਂ ਪਹਿਲਾਂ ਵਿਚਾਰ ਬਣਾਇਆ ਹੋਇਆ ਉਹ ਇੱਕ ਵੱਖਰਾ ਵਿਸ਼ਾ ਉਹ ਜਰੂਰ એનਰੋਲਮੈਂਟ ਕਰ ਦਿਓ ਪਰ ਜਿਨ੍ਹਾਂ ਦਾ ਨਹੀਂ ਬਣਿਆ ਹਜੇ ਹਜੇ ਸੋਚ ਰਹੇ ਆ ਹਜੇ ਸਾਨੂੰ ਸਮਝ ਕਰੇ ਬੈ ਕੇ ਵਿਚਾਰ ਕਰੋ 5 7 3 ਲਾਓ ਇਸ ਚੀਜ਼ ਤੇ ਵੀ ਕੀ ਮੈਂ ਕਿਹਾ ਕਿਉਂ ਕਿਹਾ ਕੀ ਤੁਹਾਨੂੰ ਸਮਝ ਲੱਗਿਆ ਕੀ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਸਮਝ ਲੱਗਿਆ ਇਹਨਾਂ ਚੀਜ਼ਾਂ ਨੂੰ ਆਪਾਂ ਅੰਡਰਸਟੈਂਡ ਕਰ ਸਕੀਏ